ਤੇ ਹਰ ਇੱਕ ਬਹੁਤ ਹੀ ਮਹੱਤਵਪੂਰਨ ਖੁਸ਼ੀਆਂ ਦੇ ਖੇੜਿਆਂ ਦਾ ਤਿਉਹਾਰ ਹੁੰਦਾ ਹੈ। ਇਸ ਦਿਨ 'ਤੇ ਬਾਕੀ ਸਮਾਜ ਤੋਂ ਬਾਹਰ ਖੁਸ਼ ਇਸ ਦੀਵਾਲੀ ਦੇ ਤਿਉਹਾਰ ਨੂੰ ਬੜੀਆਂ ਰੀਝਾਂ ਦੇ ਖੁਸ਼ੀਆਂ ਨਾਲ ਮਨਾਉਂਦੇ ਹਨ। ਇਸੇ ਤਰ੍ਹਾਂ ਹੀ ਜੇਲ੍ਹ ਦੇ ਅੰਦਰ ਵੀ ਇਹ ਤਿਉਹਾਰ ਜਿਹੜਾ ਹੈ ਬੜਾ ਖੁਸ਼ੀਪੂਰਵਕ ਮਨਾਇਆ ਜਾਂਦਾ ਹੈ। ਇਸ ਦਿਨ ਸਪੈਸ਼ਲ ਬੰਦੀ ਵੀਰਾਂ ਨੂੰ ਮਠਿਆਈ ਸਪੈਸ਼ਲ ਖਾਣਾ ਪ੍ਰੋਵਾਈਡ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਹੋਰ ਵੀ ਸਹੂਲਤਾਂ ਜਿਹੜੀਆਂ ਹਨ ਜਿਹੜੀਆਂ ਆਪਾਂ ਰੂਟੀਨ 'ਚ ਨਹੀਂ ਦਿੰਦੇ ਉਹ ਦਿੱਤੀਆਂ ਜਾਂਦੀਆਂ। ਇਸ ਦਿਨ 'ਤੇ ਇੱਕ ਬੰਦੀ ਛੋਟ ਦਿਵਸ ਵੀ ਮਨਾਇਆ ਜਾਂਦਾ ਹੈ ਅਤੇ ਸਰਕਾਰ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਜਿਹੜੇ ਬੰਦੀ ਉਹ ਜੇਲ੍ਹ ਤੁਰਿਆ ਕੀਤੇ। ਮੈਂ ਬਾਹਰ ਸਮਾਜ ਵਿੱਚ ਅਤੇ ਆਪਣਾ ਸਭ ਤੋਂ ਸਾਡਾ ਸਮਾਜ ਅਤੇ ਸਾਡੇ ਜੇਲ੍ਹ ਦੇ ਜੋ ਬੰਦੀ ਹਨ ਉਹ ਸਮਾਜ ਹੈ। ਮੈਂ ਇਸ ਦਿਨ 'ਤੇ ਇਹ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜੋ ਨਸ਼ੇ ਦਾ ਕੋਰਸ ਸਮਾਜ ਵਿੱਚ ਚੱਲ ਰਿਹਾ ਹੈ ਇਹ ਪ੍ਰਣ ਕਰਨਾ ਚਾਹੀਦਾ ਹੈ ਸ਼ੁਭ ਮੌਕੇ 'ਤੇ ਇੱਕ ਨਸ਼ੇ ਦੇ ਕੋਰਸ ਨੂੰ ਛੱਡਿਆ ਜਾਵੇ ਅਤੇ ਇੱਕ ਚੰਗਾ ਸ਼ਹਿਰੀ ਬਣ ਕੇ ਆਪਣੇ ਜੋ ਦੇਸ਼ ਦਾ ਆਪਣੇ ਪੰਜਾਬ ਦਾ ਨਾਮ ਉਹਨੂੰ ਤਰੱਕੀ ਦੇ ਵਿੱਚ ਤਰੱਕੀਆਂ ਦੇ ਰਾਹਾਂ 'ਤੇ